ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਸਨਾਤਨੀ ਸ਼ਬਦ ਜੁੜਦਾ ਜਦੋਂ ਸਿੱਖਾਂ ਦੇ ਨਾਲ ਕਿ ਸਨਾਤਨੀਆਂ ਦੇ ਵਿੱਚੋਂ ਸਿੱਖ ਨਿਕਲੇ ਹੋਏ ਨੇ। ਹੁਣ ਸ਼ਬਦ ਜੁੜ ਰਿਹਾ ਕਿ ਸਿੱਖ ਤਾਂ ਮੂਰਤੀ ਪੂਜਾ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦਿੱਤਾ। ਜਦੋਂ ਬੰਦਾ ਬੋਲਦਾ ਨਾ ਉਹਦੇ ਸ਼ਬਦਾਂ ਦੇ ਵਿੱਚ ਉਹਦੀ ਅੰਦਰ ਦੀ ਮਾਨਸਿਕਤਾ ਝਲਕਦੀ ਹੈ ਵੀ ਇਹ ਬੰਦਾ ਕਿੰਨਾ ਕੁ ਗਹਿਰਾ ਹੈ, ਕਿੰਨਾ ਕੁ ਇਹਦਾ ਗਹਿਰਾ ਅਧਿਆਇ, ਵੀ ਉਹ ਜਿਹੜਾ ਬੰਦਾ ਇਹ ਕਹਿ ਰਿਹਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਹੈ, ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਕੀਤਾ, ਗੁਰੂ ਨੂੰ ਸੁਣਿਆ ਨਹੀਂ ਹੈ। ਉਹਨਾਂ ਨੇ ਕਹਿ ਦਿੱਤਾ ਜਿਹੜੇ ਸਵਾਮੀ ਜੀ ਨੇ ਕਿਸ ਤਰੀਕੇ ਦੇ ਨਾਲ ਸਿੱਖ ਤਾਂ ਪੂਜਾ ਕਰਦੇ ਨੇ, ਪਰ ਆਮ ਤੌਰ 'ਤੇ ਤਾਂ ਅਜਿਹੀਆਂ ਚੀਜ਼ਾਂ ਮਿਲਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ ਕਿ ਜੋਤ ਲੱਗ ਰਹੀ ਹੈ, ਧੂਪ ਲੱਗ ਰਹੀ ਹੈ। ਭਗਤ ਕਬੀਰ ਜੀ ਤਾਂ ਉਹ ਕਹਿੰਦੇ ਵੀ ਪਾਖਾਣ ਗੜਕੇ ਮੂਰਤ ਕਿੰਨੀ ਦੇਖੇ, ਛਾਤੀ ਪਾਓ ਵੀ ਉਹਦੀ ਛਾਤੀ 'ਤੇ ਪੈਰ ਰੱਖਦੇ ਆ। ਸਿੱਖ ਤਾਂ ਕਹਿੰਦੇ ਵੀ ਜਦੋਂ ਤੁਸੀਂ ਅਵਤਾਰਾਂ ਦੀ ਮੂਰਤੀ ਬਣਾਉਂਦੇ ਹੋ ਤਾਂ ਤੁਸੀਂ ਅਵਤਾਰਾਂ ਦਾ ਨਿਰਾਦਰ ਕਰਦੇ ਹੋ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਸਾਰੇ ਦਾ ਸਾਰਾ ਉਹ ਬੋਲ ਨੇ ਵੀ ਜਿਹੜੇ ਖਸਮ ਤੋਂ ਆਏ ਨੇ। ਵੀ ਗੁਰੂ ਗ੍ਰੰਥ ਸਾਹਿਬ ਕੋਈ ਬੰਦੇ ਦਾ ਬਣਾਇਆ ਹੋਇਆ ਨਹੀਂ ਹੈ, ਕਿਸੇ ਦੇ ਆਪਦੇ ਬੋਲ ਨਹੀਂ ਨੇ, ਇਹਦੇ ਨਾਲ ਤਾਂ ਤੁਸੀਂ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕਹਿੰਦੇ ਸਵਾਮੀ ਜੀ ਕਹਿੰਦੇ ਕਿ ਜੇ ਉਹ ਪੱਥਰ ਹੈ, ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਕਿ ਘੱਟ ਘੱਟ ਦੇ ਵਿੱਚ ਰਾਮ ਵਸਿਆ ਹੋਇਆ, ਘੱਟ ਘੱਟ ਦੇ ਵਿੱਚ ਅਕਾਲ ਪੁਰਖ ਹੈ, ਕੀ ਅਕਾਲ ਪੁਰਖ ਨੂੰ ਜੇ ਪੱਥਰ ਨੂੰ ਕਿਸੇ ਨੇ ਸਿਰ ਝੁਕਾ ਲਿਆ ਕੁਛ ਹੋ ਗਿਆ ਉਹਦੇ ਨਾਲ, ਫਿਰ ਅਕਾਲ ਪੁਰਖ ਨਾਰਾਜ਼ ਹੋ ਜਾਏਗਾ, ਗੁੱਸੇ ਹੋ ਜਾਏਗਾ। ਭਗਤ ਤਾਂ ਇਹ ਕਹਿੰਦੇ ਵੀ ਇਹ ਨਹੀਂ ਹੈ ਵੀ ਤੁਸੀਂ ਇੱਕ ਪੱਥਰ ਦੇ ਵਿੱਚ ਮੰਨੋ, ਫਿਰ ਸਾਰੇ ਪੱਥਰਾਂ 'ਚ ਕਿਉਂ ਨਹੀਂ ਮੰਨਦੇ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਹੈ ਸਿੱਖ ਇਤਿਹਾਸ ਨੂੰ ਲੈ ਕੇ, ਸਿੱਖਾਂ ਦੇ ਗੁਰੂਆਂ ਨੂੰ ਲੈ ਕੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ। ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਇਹ ਵੀ ਤਾਂ ਮੂਰਤੀ ਹੈ, ਲੋਕ ਮੂਰਤੀਆਂ ਵਾਂਗੂ ਹੀ ਪੂਜਦੇ ਨੇ। ਕਈ ਅਜਿਹੇ ਸਨਾਤਨੀ ਵੀਰਾਂ ਦੇ ਵਿੱਚੋਂ ਕਈ ਅਜਿਹੇ ਸਵਾਮੀ ਨੇ ਜੋ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ, ਪਰ ਅਸਲ ਦੇ ਵਿੱਚ ਇਹ ਬਣ ਕਿਉਂ ਰਿਹਾ, ਸਨੈਰੀਓ ਬਣਾਇਆ ਕਿਉਂ ਜਾ ਰਿਹਾ, ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਸਨਾਤਨੀਏ ਜਿੰਨੇ ਨੇ ਉਹਨਾਂ ਦੇ ਵਿੱਚੋਂ, ਸਨਾਤਨੀਆਂ ਦੇ ਵਿੱਚੋਂ ਸਿੱਖ ਨਿਕਲੇ ਹੋਏ ਨੇ, ਉਹਨਾਂ ਦਾ ਜਨਮ ਉਹਨਾਂ ਦੇ ਵਿੱਚੋਂ ਹੋਇਆ ਹੋਇਆ, ਪਰ ਹੁਣ ਦੂਜਾ ਰਾਹ ਫਿਰ ਤੋਂ ਫੜ ਲਿਆ ਕਿ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਸਿੱਖ ਮੂਰਤੀ ਵਾਂਗੂ ਪੂਜਦੇ ਨੇ। ਇਸ ਉੱਤੇ ਗੱਲਬਾਤ ਕਰਾਂਗੇ, ਬਹੁਤ ਸੰਜੀਦਾ ਵਿਸ਼ਾ ਹੈ, ਸਾਡੇ ਨਾਲ ਗਿਆਨੀ ਗੁਰਜੀਤ ਸਿੰਘ ਜੀ ਨੇ, ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਸਨਾਤਨੀ ਸ਼ਬਦ ਜੁੜਦਾ ਜਦੋਂ ਸਿੱਖਾਂ ਦੇ ਨਾਲ ਕਿ ਸਨਾਤਨੀਆਂ ਦੇ ਵਿੱਚੋਂ ਸਿੱਖ ਨਿਕਲੇ ਹੋਏ ਨੇ। ਹੁਣ ਸ਼ਬਦ ਜੁੜ ਰਿਹਾ ਕਿ ਸਿੱਖ ਤਾਂ ਮੂਰਤੀ ਪੂਜਾ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦਿੱਤਾ। ਨਹੀਂ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਉਹ ਤਾਂ ਹਰ ਬੰਦੇ ਦੇ ਬੋਲਣ ਦਾ ਅਧਿਕਾਰ ਹੈ, ਬੋਲ ਸਕਦਾ, ਪਰ ਉਹ ਸਿਰਫ ਜਦੋਂ ਬੰਦਾ ਕੋਈ ਬੋਲਦਾ ਤਾਂ ਉਹ ਇਹ ਉਹਦੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਆਉਂਦਾ ਵੀ ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਭੈ ਨਿਕਸੈ ਮੁੱਖ ਕੀ ਬਾਤ। ਵੀ ਬੋਲ ਜਦੋਂ ਬੰਦਾ ਬੋਲਦਾ ਨਾ ਉਹਦੇ ਸ਼ਬਦਾਂ ਦੇ ਵਿੱਚ ਉਹਦੀ ਅੰਦਰ ਦੀ ਮਾਨਸਿਕਤਾ ਝਲਕਦੀ ਹੈ ਵੀ ਇਹ ਬੰਦਾ ਕਿੰਨਾ ਕੁ ਗਹਿਰਾ ਹੈ, ਕਿੰਨਾ ਕੁ ਇਹਦਾ ਗਹਿਰਾ ਅਧਿਐਨ, ਵੀ ਉਹ ਜਿਹੜਾ ਬੰਦਾ ਇਹ ਕਹਿ ਰਿਹਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਹੈ, ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਕੀਤਾ, ਗੁਰੂ ਨੂੰ ਸੁਣਿਆ ਨਹੀਂ ਹੈ, ਅਤੇ ਮੂਰਤੀ ਤਾਂ ਬਣਾਈ ਜਾਂਦੀ ਹੈ, ਮੂਰਤ ਤਾਂ ਤੁਸੀਂ ਪੱਥਰ ਦੇ ਵਿੱਚੋਂ ਘੜਦੇ ਹੈ ਆਪ, ਤੁਸੀਂ ਛੈਣੀਆਂ ਦੇ ਨਾਲ। ਭਗਤ ਕਬੀਰ ਜੀ ਤਾਂ ਉਹ ਕਹਿੰਦੇ ਵੀ ਪਾਖਾਣ ਗੜਕੇ ਮੂਰਤ ਕਿੰਨੀ ਦੇਖੇ, ਛਾਤੀ ਪਾਓ ਵੀ ਉਹਦੀ ਛਾਤੀ 'ਤੇ ਪੈਰ ਰੱਖਦੇ ਆ। ਸਿੱਖ ਤਾਂ ਕਹਿੰਦਾ ਵੀ ਜਦੋਂ ਤੁਸੀਂ ਅਵਤਾਰਾਂ ਦੀ ਮੂਰਤੀ ਬਣਾਉਂਦੇ ਹੋ ਤਾਂ ਤੁਸੀਂ ਅਵਤਾਰਾਂ ਦਾ ਨਿਰਾਦਰ ਕਰਦੇ ਹੋ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਸਾਰੇ ਦਾ ਸਾਰਾ ਉਹ ਬੋਲ ਨੇ ਵੀ ਜਿਹੜੇ ਖਸਮ ਤੋਂ ਆਏ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ। ਲਾ ਲਓ ਭਾਈ ਲਾ ਲਓ ਜੀ ਨੂੰ ਮਹਾਰਾਜ ਕਹਿੰਦੇ ਵੀ ਇਹ ਮੇਰੇ ਨਹੀਂ, ਇਹ ਮੇਰੇ 'ਤੇ ਖਸਮ ਦੇ ਵੱਲੋਂ ਬੋਲ ਆ ਰਹੇ ਨੇ,
ਗੁਰੂ ਰਾਮਦਾਸ ਜੀ ਕਹਿੰਦੇ ਵੀ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਮੈਂ ਕਹਿ ਰਿਹਾ, ਇਸ ਤਰ੍ਹਾਂ ਦਾ ਬੋਲਣਾ ਮੈਂ ਜਾਣਦਾ ਹੀ ਨਹੀਂ ਹੈ। ਇਸ ਤਰ੍ਹਾਂ ਦੇ ਨਾਲ ਵੀ ਇੱਕ ਖਸਮ ਦੇ ਬੋਲ ਨੇ, ਇੱਕ ਬੰਦੇ ਦੀ ਬਣਾਈ ਹੋਈ ਹੈ, ਵੀ ਗੁਰੂ ਗ੍ਰੰਥ ਸਾਹਿਬ ਕੋਈ ਬੰਦੇ ਦਾ ਬਣਾਇਆ ਹੋਇਆ ਨਹੀਂ ਹੈ, ਕਿਸੇ ਦੇ ਆਪਦੇ ਬੋਲ ਨਹੀਂ ਨੇ। ਇਹਦੇ ਨਾਲ ਤਾਂ ਤੁਸੀਂ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿਣ ਮਾਤਰ ਜੋ ਮਰਜ਼ੀ ਕਹੀ ਜਾਵੇ ਅਗਲਾ, ਇੱਥੋਂ ਸਿਰਫ ਇਹੀ ਸਿੱਧ ਹੁੰਦਾ ਵੀ ਉਹਦਾ ਅਧਿਐਨ ਨਹੀਂ। ਭਾਈ ਸਾਹਿਬ ਜੀ, ਇਸਦਾ ਫੈਕਟ ਕੀ ਹੋਇਆ? ਉਹਨਾਂ ਨੇ ਕਹਿ ਦਿੱਤਾ ਜਿਹੜੇ ਸਵਾਮੀ ਜੀ ਨੇ, ਕਿਸ ਤਰੀਕੇ ਦੇ ਨਾਲ ਸਿੱਖ ਤਾਂ ਪੂਜਾ ਕਰਦੇ ਨੇ, ਪਰ ਆਮ ਤੌਰ 'ਤੇ ਤਾਂ ਅਜਿਹੀਆਂ ਚੀਜ਼ਾਂ ਮਿਲਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ ਕਿ ਜੋਤ ਲੱਗ ਰਹੀ ਹੈ, ਧੂਕ ਲੱਗ ਰਹੀ ਹੈ, ਅਤੇ ਉਸੇ ਹਿਸਾਬ ਦੇ ਤੱਥ ਦੇ ਤਾਂ ਉਹਨਾਂ ਨੇ ਕਿ ਸਿੱਖ ਪੂਜਾ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ। ਨਹੀਂ, ਪੂਜਾ ਪੂਜਾ ਦੇ ਵਿੱਚ ਫਰਕ ਹੈ, ਪੂਜਾ ਠੀਕ ਹੈ, ਜਿਹੜੀ ਬਾਹਰਲੀ ਸਮੱਗਰੀ ਹੈ ਉਹ ਦੋਨੋਂ ਬਾਹਰਲੀ ਸਮੱਗਰੀ ਮੇਲ ਖਾਊਗੀ। ਤੁਸੀਂ ਜੋਤ ਦਾ ਵੀ ਜ਼ਿਕਰ ਕੀਤਾ, ਤੁਸੀਂ ਧੂਫ ਦਾ ਵੀ ਜ਼ਿਕਰ ਕੀਤਾ, ਉਹਦਾ ਵੀ ਖੁਸ਼ਬੂ ਦਾ ਜ਼ਿਕਰ ਹੈ, ਪਰ ਜਿਹੜੀ ਅੰਦਰ ਚੀਜ਼ ਵੀ ਜਿਹੜੀ ਪੂਜੀ ਜਾ ਰਹੀ ਹੈ, ਇੱਕ ਬੰਦਾ ਪੱਥਰ ਨੂੰ ਪੂਜ ਰਿਹਾ ਹੈ, ਇੱਕ ਸ਼ਬਦ ਨੂੰ ਪੂਜ ਰਿਹਾ, ਸਤਿਕਾਰ ਕਰ ਰਿਹਾ ਉਹਦਾ, ਉਹਨੂੰ ਸੁਣ ਵੀ ਰਿਹਾ, ਫਿਰ ਮੂਰਤੀ ਤਾਂ ਬੋਲਦੀ ਵੀ ਨਹੀਂ ਹੈਗੀ। ਸਾਡੇ ਵਿੱਚ ਗੁਰਬਾਣੀ ਦੇ ਵਿੱਚ ਗ੍ਰੰਥਾਂ ਦਾ ਜ਼ਿਕਰ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਉੱਥੇ ਵਿੱਚ 27 ਸਿਮਰਤੀਆਂ ਦਾ, 4 ਵੇਦਾਂ ਦਾ, ਵੀ ਇਹ ਵੇਦ ਤਾਂ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਵੀ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਸਾਰੀਆਂ ਗੱਲਾਂ ਹੋਚੀਆਂ ਨੇ, ਉਹਨਾਂ ਦੇ ਵਿੱਚੋਂ ਤਾਂ ਚੰਗੀ ਚੀਜ਼ ਲਈ ਗਈ ਹੈ, ਪਰ ਜਿਹੜੀ ਅਵਤਾਰ ਦੀ ਮੂਰਤੀ ਹੈ ਉਹਦੇ ਬਾਰੇ ਉਹ ਕਹਿੰਦੇ ਵੀ ਇਹ ਤਾਂ ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ। ਭਗਤ ਤਾਂ ਇੱਥੋਂ ਤੱਕ ਤਰਕ ਕਰਦੇ ਨੇ ਵੀ ਇੱਕ ਹੈ ਪਾਥਰ ਕੀਜੈ ਭਾਓ, ਦੂਜਾ ਪਾਥਰ ਧਰੀਏ ਭਾਓ, ਵੀ ਇੱਕ ਪੱਥਰ ਨੂੰ ਤੁਸੀਂ ਸਤਿਕਾਰ ਦਿੰਦੇ ਹੋ, ਦੂਜੇ 'ਤੇ ਤੁਸੀਂ ਪੈਰ ਰੱਖਦੇ ਹੋ, ਵੀ ਫਿਰ ਤਾਂ ਉਹ ਤਾਂ ਖੁਦ ਤਰਕ ਕਰਦੇ ਨੇ ਵੀ ਜੇ ਤੁਸੀਂ ਇਸ ਪੱਥਰ ਨੂੰ ਭਗਵਾਨ ਮੰਨਦੇ ਹੋ ਤਾਂ ਫਿਰ ਦੂਜਾ ਜੇ ਉਹ ਦਿਓ ਤਾਂ ਉਹ ਪੀ ਦੇਵਾ। ਉਹ ਕਹਿੰਦੇ, ਸਵਾਮੀ ਜੀ ਕਹਿੰਦੇ ਕਿ ਜੇ ਉਹ ਪੱਥਰ ਹੈ, ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਕਿ ਘੱਟ ਘੱਟ ਦੇ ਵਿੱਚ ਰਾਮ ਵਸਿਆ ਹੋਇਆ, ਘੱਟ ਘੱਟ ਦੇ ਵਿੱਚ ਅਕਾਲ ਪੁਰਖ ਹੈ, ਕੀ ਅਕਾਲ ਪੁਰਖ ਨੂੰ ਜੇ ਪੱਥਰ ਨੂੰ ਕਿਸੇ ਨੇ ਸਿਰ ਝੁਕਾ ਲਿਆ ਕੁਛ ਹੋ ਗਿਆ, ਉਹਦੇ ਨਾਲ ਫਿਰ ਅਕਾਲ ਪੁਰਖ ਨਾਰਾਜ਼ ਹੋ ਜਾਏਗਾ, ਗੁੱਸੇ ਹੋ ਜਾਏਗਾ? ਕਹਿੰਦੇ ਨਹੀਂ ਨਹੀਂ, ਨਾਰਾਜ਼ ਨਹੀਂ ਹੋ ਜਾਏਗਾ। ਉਹ ਕਹਿੰਦੇ ਵੀ ਸ਼ਬਦ ਦੇ ਨਾਲ ਜੁੜੋ, ਵੀ ਜਿਹੜਾ ਮਨ ਹੈ ਉਹ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਆ, ਵੀ ਮਨ ਵਿਚਾਰਾਂ ਦੇ ਨਾਲ ਹੀ ਗਿਆਨ ਦੇ ਨਾਲ ਹੀ ਸਮਝਦਾ, ਗਿਆਨ ਦੇ ਨਾਲ ਹੀ ਰੁਕਦਾ, ਵੀ ਇਹ ਨਹੀਂ ਵੀ ਕੋਈ ਪਰਮਾਤਮਾ ਨਾਰਾਜ਼ ਹੋ ਜਾਏਗਾ। ਇੱਕ ਇੱਕ ਆਕਾਰ ਨੂੰ ਮੰਨਣਾ, ਉਹ ਫਿਰ ਉਹਦਾ ਨਿਰਾਦਰ ਨਾ ਕਰੋ। ਜੇ ਤਾਂ ਉਹ ਕਹਿੰਦੇ ਵੀ ਫਿਰ ਵੀ ਸਾਰੇ ਕਿਤੇ ਪਰਮਾਤਮਾ, ਵੀ ਪੱਥਰ ਦੇ ਵਿੱਚ ਵੀ ਤੁਸੀਂ ਪੱਥਰ ਨੂੰ ਮੰਨਦੇ ਹੋ, ਫਿਰ ਤੁਸੀਂ ਸਾਰੇ ਕਿਤੇ ਮੰਨੋ, ਸਾਰੇ ਪੱਥਰਾਂ ਦੇ ਵਿੱਚ ਮੰਨੋ। ਭਗਤ ਤਾਂ ਇਹ ਕਹਿੰਦੇ ਵੀ ਇਹ ਨਹੀਂ ਹੈ ਵੀ ਤੁਸੀਂ ਇੱਕ ਪੱਥਰ ਦੇ ਵਿੱਚ ਮੰਨੋ, ਫਿਰ ਸਾਰੇ ਪੱਥਰਾਂ 'ਚ ਕਿਉਂ ਨਹੀਂ ਮੰਨਦੇ? ਫਿਰ ਤੁਸੀਂ ਜੇ ਤੁਸੀਂ ਇੰਨਾ ਹੀ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਕ ਪੱਥਰ ਦੇ ਵਿੱਚ ਮੰਨਦੇ ਹਾਂ, ਫਿਰ ਉਹ ਕਹਿੰਦੇ ਵੀ ਤੁਸੀਂ ਜੀਵੰਤ ਵਸਤੂਆਂ ਦੇ ਵਿੱਚ ਵੀ ਮੰਨੋ। ਪੱਥਰ ਨਾਲੋਂ ਤਾਂ ਜਿਹੜੀ ਬਨਸਪਤੀ ਹੈ ਉਹ ਚੇਤਨ ਹੈ। ਕਬੀਰ ਜੀ ਤਾਂ ਕਹਿੰਦੇ ਵੀ ਜਿਹੜੀ ਤੁਸੀਂ ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਬਨਸਪਤੀ ਤਾਂ, ਪੱਥਰ ਤਾਂ ਕੋਈ ਦੁੱਖ ਸੁੱਖ ਵੀ ਨਹੀਂ ਮਹਿਸੂਸ ਕਰਦਾ, ਨਾ ਉਹ ਖਿੜਦਾ, ਨਾ ਮੁਰਝਾਉਂਦਾ। ਵੀ ਤੁਸੀਂ ਜਿਹੜੀ ਬਨਸਪਤੀ ਹੈ ਉਹ ਉੱਪਰ ਹੈ ਪੱਥਰ ਤੋਂ, ਉਹਨੂੰ ਤੁਸੀਂ ਉਸ ਤੋਂ ਨੀਵੇਂ 'ਤੇ ਨਿਸ਼ਾਵਰ ਕਰ ਰਹੇ ਹੋ, ਜਦਕਿ ਨੀਵੀਂ ਵਸਤੂ ਨੂੰ ਉੱਪਰਲੀ 'ਤੇ ਨਿਸ਼ਾਵਰ ਕੀਤਾ ਜਾਂਦਾ। ਵੀ ਉਹ ਤਾਂ ਤਰਕ ਕਰਦੇ ਆ, ਹੁਣ ਇਹ ਤਰਕ ਸਿੱਖਾਂ ਦੇ ਥੋੜ੍ਹੇ ਨੇ, ਇਹ ਤਾਂ ਸਿੱਖ ਕਬੀਰ ਜੀ ਨੇ ਦੱਸੇ ਨੇ, ਇਹ ਤਾਂ ਗੁਰੂ ਗੁਰਬਾਣੀ ਨੇ ਦੱਸੇ ਨੇ, ਇਹ ਤਾਂ ਸਿੱਖ ਤਾਂ ਇਸ ਕਰਕੇ ਤਰਕ ਕਰਦੇ ਨੇ, ਸਿੱਖ ਕੋਈ ਆਪਦੀ ਮਨਸ਼ਾ ਥੋੜ੍ਹੀ ਉਹਨਾਂ ਦੀ, ਉਹ ਤਾਂ ਰੋਜ਼ ਬਾਣੀ ਸੁਣਦੇ ਆ ਵੀ ਪਾਤੀ ਤੋਰੈ ਮਾਲਨੀ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਭੁੱਲੀ ਮਾਲਨੀ ਹੈ, ਸਤਿਗੁਰ ਜਾਗਦਾ ਹੈ ਦਿਓ, ਵੀ ਉਹ ਸਤਿਗੁਰੂ ਜਾਗਦਾ, ਵੀ ਜਿਹੜੀ ਮਾਲਣ ਹੈ ਜਿਹੜੀ ਇਸ ਤਰ੍ਹਾਂ ਦੀ, ਠੀਕ ਹੈ ਅਸੀਂ ਤਰਕ ਨਹੀਂ ਕਰਦੇ ਉਹਨਾਂ 'ਤੇ, ਜੇ ਕਿਸੇ ਨੇ ਕਰਨਾ ਕਰੇ, ਪਰ ਜਦੋਂ ਸਿੱਖਾਂ 'ਤੇ ਸਿੱਖਾਂ ਦੇ ਨਾਲ ਕੰਪੈਰੀਜ਼ਨ ਕਰਦੇ ਨੇ, ਫਿਰ ਸਿੱਖਾਂ ਨੂੰ ਤਰਕ ਮਜਬੂਰੀ ਦੇ ਵਿੱਚ ਕਰਨਾ ਪੈਂਦਾ। ਭਾਈ ਸਾਹਿਬ ਜੀ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਵਿਸ਼ੇ ਚੱਲ ਪਏ ਨੇ, ਭਾਵਾਂ
ਸਨਾਤਨੀਆਂ ਵੀਰਾਂ ਦਾ ਕਹਿ ਦੇਣਾ, ਕਈਆਂ ਦਾ ਕਹਿ ਦੇਣਾ ਕਿ ਜਿੰਨੇ ਸਿੱਖ ਨੇ ਉਹਨਾਂ ਦਾ ਜਨਮ ਸਨਾਤਨੀਆਂ ਦੇ ਵਿੱਚੋਂ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦੇਣਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣਾ ਆਪਣਾ ਸਭ ਦਾ ਗੱਲ ਰੱਖਣ ਦਾ ਹੈਗਾ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਕਿੰਤੂ ਪਰੰਤੂ ਸਿੱਖਾਂ ਦੇ ਇਤਿਹਾਸ 'ਤੇ ਗੁਰੂ ਗ੍ਰੰਥ ਸਾਹਿਬ 'ਤੇ ਹੋ ਰਹੀਆਂ ਨੇ, ਭਵਿੱਖ ਖਤਰੇ ਦੇ ਵਿੱਚ ਪੈ ਸਕਦਾ ਹੈ, ਜਿੰਨੇ ਪੰਥਕ ਨੇ ਆਗੂ ਨੇ ਉਹ ਚੁੱਪ ਬੈਠੇ ਹੋਏ ਨੇ ਇਸ ਵਕਤ? ਨਹੀਂ, ਭਵਿੱਖ ਨਹੀਂ ਖਤਰੇ ਦੇ ਵਿੱਚ ਕਦੇ ਵੀ ਪੈਂਦਾ, ਭਵਿੱਖ ਦਾ ਤਾਂ ਕੋਈ ਕਿਉਂਕਿ ਜਿੱਥੇ ਸ਼ਬਦ ਹੈਗਾ। ਤੁਹਾਨੂੰ ਲੱਗਦਾ ਨਹੀਂ ਕਿ ਨੌਜਵਾਨ ਕੱਲ੍ਹ ਨੂੰ ਪੁੱਛੇਗਾ ਮੰਮੀ ਆਪਾਂ ਤਾਂ, ਕੋਈ ਬੱਚਾ ਆਪਦੇ ਮਾਂ ਪਿਓ ਨੂੰ ਪੁੱਛ ਲਏਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਮੰਨੀਏ ਕਿ ਜਾਂ ਗੁਰੂ ਗ੍ਰੰਥ ਸਾਹਿਬ ਮੰਨੀਏ? ਨਹੀਂ, ਗੁਰੂ ਗ੍ਰੰਥ ਸਾਹਿਬ ਉਹ ਸ਼ਬਦ ਨੇ ਜਿਹਨੂੰ ਪਤਾ ਨਹੀਂ, ਜਿਹਨੂੰ ਇਤਿਹਾਸ ਦਾ ਹੀ ਨਹੀਂ ਪਤਾ, ਜਿਹਨੂੰ ਗੁਰੂ ਗ੍ਰੰਥ ਬਾਰੇ ਨਹੀਂ ਪਤਾ, ਜਿਹਨੇ ਬਾਣੀ ਸੰਥਿਆ ਨਹੀਂ ਲੈਤੀ, ਉਹਨੂੰ ਫਿਰ ਕਿਵੇਂ ਸਮਝਾਵਾਂਗੇ? ਨਹੀਂ ਨਹੀਂ, ਉਹਨੂੰ ਸ਼ਬਦ ਸਾਡੇ ਸਾਰੇ ਕਿਤੇ ਪ੍ਰਚਾਰ ਪ੍ਰਸਾਰ ਹੋ ਰਿਹਾ ਇਸ ਤਰ੍ਹਾਂ ਦਾ, ਉਹ ਇਹ ਠੀਕ ਹੈ ਵੀ ਕਿਸੇ ਟਾਈਮ 'ਤੇ ਘੱਟ ਜਾਂਦਾ, ਨਾਲੇ ਜਦੋਂ ਇਹ ਹੈ ਵੀ ਮੈਂ ਸਾਡਾ ਤਾਂ ਇਹ ਮੰਨਣਾ ਵੀ ਜਿਵੇਂ ਦੀ ਪਹਾੜੀ ਰਾਜੇ ਹਾਥੀ ਨੂੰ ਮੜ ਕੇ ਲਿਆਏ ਸੀ ਅੰਦਰੋਂ, ਫਿਰ ਬਚਿੱਤਰ ਸਿੰਘ ਨਿਕਲਦਾ, ਫਿਰ ਉਹ ਕਈ ਵਾਰੀ ਜਿਹੜੀ ਢਾਲ ਆਉਣ ਦੀ ਗੱਲ ਹੁੰਦੀ ਹੈ ਨਾ, ਉਹ ਜਿਵੇਂ ਦੀ ਪਹਾੜੀ ਰਾਜਿਆਂ ਨੂੰ ਵੀ ਇਹ ਸੀ ਵੀ ਅਸੀਂ ਹਾਥੀ ਨੂੰ ਮੜ ਕੇ ਲਏ ਹਾਂ ਵੀ ਅਸੀਂ ਕਿਲ੍ਹਾ ਤੋੜ ਦੇਵਾਂਗੇ, ਉਹ ਫਿਰ ਹਾਥੀ ਉਹਨਾਂ 'ਤੇ ਹੀ ਉਲਟ ਪਿਆ। ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਝੀਏ ਚੈਲੇਂਜਸ ਨੇ ਸਿੱਖਾਂ ਦੇ ਵਾਸਤੇ, ਇਹ ਚੈਲੇਂਜ ਨੇ, ਇਹ ਆਪੇ ਮਹਾਰਾਜ ਨੇ ਕਿਰਪਾ ਕਰਨੀ ਹੈ, ਹੁਣ ਆਪਣੇ ਆਪ ਉਹਦਾ ਜਵਾਬ ਦੇਣਗੇ। ਕੌਣ ਦੇਗਾ ਜਵਾਬ? ਨਹੀਂ, ਸਾਰੇ ਜਿਹੜੇ ਸਾਡੇ ਪ੍ਰਚਾਰਕ ਹੈਗੇ ਨੇ, ਕੀ ਲੱਗਦਾ ਕਿ ਵੱਡਾ ਪ੍ਰਚਾਰ ਤਾਂ ਹੋ ਗਿਆ, ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਸਿੱਖ ਤਾਂ ਮੂਰਤੀ ਪੂਜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦਿੱਤਾ, ਫਿਰ ਇਹਨਾਂ ਦਾ ਹਜੇ ਤੱਕ ਸਟੈਂਡ ਤਾਂ ਕਿਸੇ ਦਾ ਕਲੀਅਰ ਨਹੀਂ ਹੋਇਆ? ਨਹੀਂ ਨਹੀਂ, ਕਰਨਾ ਚਾਹੀਦਾ, ਕਰਨਾ ਚਾਹੀਦਾ ਵੀ ਉਹ ਤਾਂ, ਜੇ ਤੁਸੀਂ ਜਪਜੀ ਸਾਹਿਬ ਨੂੰ ਵੀ ਪੜ੍ਹੋ ਵੀ ਕੀਤਾ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ, ਅਸੀਂ ਤਾਂ ਉਹਨੂੰ ਮੰਨਦੇ ਹਾਂ ਵੀ ਜਿਹਦੀ ਕੋਈ ਸਥਾਪਨਾ ਕੀਤੀ ਨਹੀਂ ਜਾ ਸਕਦੀ, ਕੀਤਾ ਨਾ ਜਾਏ ਥਾਪਿਆ ਨਾ ਜਾਏ, ਜਿਹਨੂੰ ਥਾਪਿਆ ਹੀ ਨਹੀਂ ਜਾ ਸਕਦਾ, ਕੀਤਾ ਨਾ ਹੋਏ ਜਿਹਨੂੰ ਮਨੁੱਖ ਬਣਾ ਹੀ ਨਹੀਂ ਸਕਦਾ, ਅਸੀਂ ਤਾਂ ਉਹਦੇ ਪੁਜਾਰੀ ਹਾਂ। ਠੀਕ ਹੈ, ਉਹ ਜਿਹੜੇ ਉਹ ਸਨਾਤਨ ਮਤ ਦੇ ਨੇ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਉਹ ਮਾਰਗ ਤਾਂ ਹੈਗਾ ਪਰ ਉਹ ਕੀੜੀ ਦੀ ਤਰ੍ਹਾਂ, ਜਿਹੜਾ ਸਿੱਖੀ ਦਾ ਮਾਰਗ ਹੈ, ਸ਼ਬਦ ਦਾ ਮਾਰਗ ਹੈ, ਇਹ ਪੰਛੀ ਦਾ ਮਾਰਗ ਹੈ ਵੀ ਕੀੜੀ ਹੌਲੀ ਹੌਲੀ ਚੱਲਦੀ ਹੈ ਅਤੇ ਪੰਛੀ ਬੜੀ ਛੇਤੀ ਦੇ ਨਾਲ ਜਿਹੜਾ ਹੈਗਾ ਉਹ ਫਲ ਦੇ ਨੇੜੇ ਜਾ ਕੇ ਬੈਠ ਜਾਂਦਾ। ਉਹਨਾਂ ਨੂੰ ਗਲਤ ਨਹੀਂ ਕਹਿੰਦੇ ਵੀ ਜੇ ਤੁਸੀਂ ਸਨਾਤਨ ਮਤ ਦੇ ਵਿੱਚ ਹੈਗੇ ਹਾਂ ਤਾਂ ਤੁਸੀਂ ਮੰਨੋ, ਤੁਸੀਂ ਮੰਨਦੇ ਹੈ, ਪਰ ਸਿੱਖ ਨੂੰ ਮਨਾਹੀ ਹੈ, ਸਾਨੂੰ ਆਪਣੇ ਨਾਲ ਨਾ ਰਲਾਓ। ਫਿਰ ਜਿਵੇਂ ਦੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਵੀ ਬਾ ਲਾਚਾਰ ਗਈ ਦਰਮਿਆਂ ਆਮਦਮ, ਵੀ ਮੈਂ ਮਜਬੂਰੀ ਦੇ ਨਾਲ ਮੈਨੂੰ ਤਲਵਾਰ ਚੁੱਕਣੀ ਪਈ ਹੈ, ਫਿਰ ਸਾਨੂੰ ਸਿੱਖੀ ਦਾ ਪਰ ਜਿਹੜੀ ਬਾਣੀ ਸ਼ਬਦ ਨੇ ਵੀ ਸਾਨੂੰ ਮਨਾਹੀ ਹੈ, ਅਸੀਂ ਤਾਂ ਉਹਦੇ ਮੁਤਾਬਕ ਹੀ ਚੱਲਣਾ। ਇਸ ਕਰਕੇ ਸਾਨੂੰ ਇਹ ਕਹਿਣਾ ਪੈਂਦਾ ਵੀ ਇਹ ਸਾਰੇ ਸ਼ਬਦ ਦੱਸਣੇ ਪੈਂਦੇ ਆ ਵੀ ਸਾਰੇ ਪੱਥਰਾਂ ਨੂੰ ਮੰਨੋ ਜਾਂ ਤਾਂ, ਜਾਂ ਤੁਸੀਂ ਜਿਹੜੀ ਬਨਸਪਤੀ ਦੀ ਗੱਲ ਹੈ ਇਹ ਸਾਰੇ ਸਾਨੂੰ ਪ੍ਰਮਾਣ ਤਾਂ ਦੇਣੇ ਪੈਂਦੇ ਆ ਵੀ ਤੁਸੀਂ ਸਾਨੂੰ ਆਪਦੇ ਨਾਲ ਨਾ ਜਿੰਨਾ ਮਰਜ਼ੀ ਤੁਸੀਂ ਕਹੀ ਚਲੋ ਨਾ ਰਲਣ ਵਾਲੇ ਆ, ਕੋਈ ਰਲਦਾ ਹੀ ਨਹੀਂ ਹੈ ਸਿੱਖੀ ਦਾ। ਪਰ ਕਈ ਜਿਵੇਂ ਪ੍ਰਚਾਰ ਚੱਲ ਰਹੇ ਨੇ ਜਿਸ ਹਿਸਾਬ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ, ਗੁਰੂ ਨਾਨਕ ਪਾਤਸ਼ਾਹ 'ਤੇ ਵੀ ਉਂਗਲ ਕੇ ਗੁਰੂ ਨਾਨਕ ਪਾਤਸ਼ਾਹ ਉੱਥੇ ਰਾਮ ਜੀ ਦੇ ਦਰਸ਼ਨ ਕਰਨ ਗਏ ਸੀਗੇ, ਰਾਮਲੀਲਾ ਜੀ ਦੀ ਮੂਰਤੀ ਸਥਾਪਿਤ ਹੋਈ ਆ ਉੱਥੇ, ਪ੍ਰਾਣ ਪ੍ਰਤਿਸ਼ਠਾ ਹੋਈ ਹੈ, ਸਵਾਲ ਚੁੱਕ ਰਹੇ ਨੇ ਕਿ ਉੱਥੇ ਦਰਸ਼ਨ ਕਰਨ ਦੇ ਲਈ ਗਈ ਸੀਗੇ, ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕਿਵੇਂ ਰਹੇ ਹੋ? ਸਨੈਰੀਓ ਤਿਆਰ ਕੀ ਕੀਤਾ ਜਾ ਰਿਹਾ ਹੈ ਕਿ ਦਰਸ਼ਨ ਕਰਨ ਗਏ ਮੂਰਤੀ ਇਹ ਚੀਜ਼ਾਂ ਨੂੰ? ਨਹੀਂ ਨਹੀਂ, ਫਿਰ ਉਹ ਠੀਕ ਹੈ, ਜਿਹੜਾ ਉਹ ਗੱਲਾਂ ਦੋ ਹੀ ਨੇ ਜੀ, ਇੱਕ ਤਾਂ ਹੈਗਾ ਵੀ ਸਹੀ ਸਵਾਲ ਦੇ ਜਵਾਬ ਹੁੰਦੇ ਨੇ, ਗਲਤ ਸਵਾਲ ਤੇ ਕੰਮ ਕੋਲ ਹੈਗੇ ਜਵਾਬ, ਬਿਲਕੁਲ ਜਵਾਬ ਹੈਗੇ ਨੇ। ਚਲੋ ਜੇ ਤੁਸੀਂ ਇਹ ਕਹਿੰਦੇ ਆ ਵੀ ਜੀ 1510 ਦੇ ਵਿੱਚ ਗੁਰੂ ਨਾਨਕ ਸਾਹਿਬ ਗਏ, 1504-5 ਈਸਵੀ ਦੇ ਵਿੱਚ, 1500 ਚਲੋ 4-5 ਈਸਵੀ ਦੇ ਵਿੱਚ ਮੰਨਦੇ, ਕੋਈ 1510 ਕਹਿੰਦੇ, ਚਲੋ 1500 ਉਹਦੇ ਵਿੱਚ ਗਏ ਜੀ, ਫਿਰ 13 ਸਾਲ 1539 ਤੱਕ ਪਹਿਲੇ ਪਾਤਸ਼ਾਹ ਰਹੇ, 1528 ਦੇ ਵਿੱਚ ਜਿਹੜਾ ਉਹਦਾ ਮੀਰ ਬੰਕੀ ਸੀ ਉਹਨੇ ਜਿਹੜਾ ਮੰਦਿਰ ਸੀ ਉਹਨੂੰ ਢਾ ਕੇ ਬਾਬਰੀ ਮਸਜਿਦ ਬਣਾਈ 1528 ਤੋਂ 1530 ਦੇ ਵਿੱਚ, 2 ਸਾਲਾਂ ਦੇ ਵਿੱਚ। 13 ਸਾਲ ਗੁਰੂ ਅੰਗਦ ਦੇਵ ਜੀ ਗੁਰਤਾਗਦੀ 'ਤੇ ਬਹਿੰਦੇ ਹੈ, 22 ਸਾਲ ਗੁਰੂ ਅਮਰਦਾਸ ਜੀ ਬਹਿੰਦੇ ਹੈ, 7 ਸਾਲ ਗੁਰੂ ਰਾਮਦਾਸ ਜੀ ਬਹਿੰਦੇ ਹੈ,
25 ਸਾਲ ਗੁਰੂ ਅਰਜਨ ਦੇਵ ਜੀ ਬਹਿੰਦੇ ਆ, 38 ਸਾਲ ਛੇਵੇਂ ਪਾਤਸ਼ਾਹ ਬਹਿੰਦੇ ਆ, 17 ਸਾਲ ਸੱਤਵੇਂ ਪਾਤਸ਼ਾਹ ਬਹਿੰਦੇ, 3 ਸਾਲ ਅੱਠਵੇਂ ਪਾਤਸ਼ਾਹ ਬਹਿੰਦੇ ਆ, ਫਿਰ ਜਦੋਂ ਨੌਵੇਂ ਪਾਤਸ਼ਾਹ ਵੀ ਉੱਥੇ ਗਏ ਆ, ਤੁਸੀਂ ਇਹ ਦੱਸੋ ਵੀ ਜਦੋਂ ਨੌਵੇਂ ਪਾਤਸ਼ਾਹ ਜਾਂਦੇ ਆ ਉਦੋਂ ਤਾਂ ਮੰਦਰ ਹੈ ਹੀ ਨਹੀਂ ਉੱਥੇ, ਉਹ ਤਾਂ ਮਸਜਿਦ ਹੈ, ਉਹ ਵੀ ਅਯੋਧਿਆ ਦੇ ਵਿੱਚ ਜਾਂਦੇ ਆ, ਫਿਰ ਉਹ ਕਿਉਂ ਜਾਂਦੇ ਆ ਜੇ ਮੰਦਰ ਜੋ ਮੰਦਰ ਹੀ ਨਹੀਂ ਹੈਗੇ? ਫਿਰ ਇਕੱਲਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਜਾਂਦੇ, ਗੁਰੂ ਗੋਬਿੰਦ ਸਿੰਘ ਵੀ ਜਦੋਂ ਪਟਨਾ ਸਾਹਿਬ ਤੋਂ ਆਉਂਦੇ ਆ 155 ਸਾਲ ਦੇ 160 ਸਾਲ ਦੇ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ ਗੁਰੂ ਨਾਨਕ ਸਾਹਿਬ ਤੋਂ ਬਾਅਦ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ 5-7 ਸਾਲ ਦੇ ਨੇ ਉਹ ਵੀ ਆਉਂਦੇ ਨੇ, ਉਹ ਵੀ ਮਾਤਾ ਗੁਜਰੀ ਜੀ ਨਾਲ ਰੁਕਦੇ ਨੇ, ਉਸੇ ਥਾਂ 'ਤੇ ਰੁਕਦੇ ਨੇ, ਉਹ ਰਸਤਾ ਹੀ ਉਦੋਂ ਆਉਣ ਜਾਣ ਦਾ ਉੱਧਰ ਨੂੰ ਇਹੀ ਸੀਗਾ, ਤਾਂ ਕਰਕੇ ਗੁਰੂ ਸਾਹਿਬ ਗਏ ਅਯੋਧਿਆ ਦੇ ਵਿੱਚ। ਦੂਸਰੀ ਗੱਲ, ਗੁਰੂ ਸਾਹਿਬ 68 ਤੀਰਥਾਂ 'ਤੇ ਗਏ ਨੇ, ਕੁਰੂਕਸ਼ੇਤਰ ਗਏ ਨੇ, ਗੰਗਾ 'ਤੇ ਗਏ ਨੇ, ਯਮੁਨਾ 'ਤੇ ਗਏ ਨੇ। ਗੁਰੂ ਨਾਨਕ ਸਾਹਿਬ ਦੱਸਦੇ ਨੇ, ਚੜ੍ਹਿਆ ਸੋਧਣ ਧਰਤ ਲੁਕਾਈ, ਉਹ ਕਹਿੰਦੇ ਮੈਂ ਦਰਸ਼ਨ ਕਰਨ ਵਾਸਤੇ ਨਹੀਂ ਚੱਲਿਆ, ਮੈਂ ਸਾਰੇ ਥਾਂ, ਉਹ ਹੁਣ ਜਗਨਨਾਥਪੁਰੀ ਦੇ ਵਿੱਚ ਵੀ ਗਏ ਨੇ, ਉੱਥੇ ਵੀ ਉਹਨਾਂ ਨੇ ਜਾ ਕੇ ਉਪਦੇਸ਼ ਹੀ ਦਿੱਤਾ ਉਹਨਾਂ ਨੂੰ ਵੀ ਬਕਾਇਦਾ ਆਰਤੀ ਉਚਾਰਨ ਕੀਤੀ ਹੈ, ਵੀ ਇਹ ਆਰਤੀ ਹੁੰਦੀ ਹੈ। ਹਰਿਦੁਆਰ ਦੇ ਵਿੱਚ ਵੀ ਹੁਣ ਗੁਰੂ ਨਾਨਕ ਸਾਹਿਬ ਗਏ ਨੇ, ਹੁਣ ਤੁਸੀਂ ਕਹੋਗੇ ਵੀ ਦਰਸ਼ਨ ਕਰਨ ਗਏ ਨੇ, ਉੱਥੇ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਵੀ ਸੂਰਜ ਤੱਕ ਪਾਣੀ ਪਹੁੰਚ ਸਕਦਾ ਤਾਂ ਫਿਰ ਮੇਰੇ ਖੇਤਾਂ ਨੂੰ ਵੀ ਪਹੁੰਚ ਸਕਦਾ। ਗਿਆਨ ਗੋਦੜੀ ਗੁਰਦੁਆਰਾ ਸਾਹਿਬ, ਗਿਆਨ ਗੋਦੜੀ ਗੁਰਦੁਆਰਾ ਸਾਹਿਬ, ਤੁਸੀਂ ਉੱਥੇ ਦੱਸੋ ਵੀ ਉਹ ਵੀ ਜਦੋਂ ਤਾਂ ਉਪਦੇਸ਼ ਦੇਣ ਵਾਸਤੇ ਗਏ ਨੇ। ਗੁਰੂ ਰਾਮਦਾਸ ਜੀ ਨੇ ਜ਼ਿਕਰ ਕੀਤਾ, ਤੀਰਥ ਉੱਦਮ ਸਤਿਗੁਰੂ ਕੀ ਆ, ਲੋਕ ਉਧਰਨ ਅਰਥ ਆ ਵੀ ਲੋਕਾਂ ਦੇ ਉਧਾਰ ਕਰਨ ਵਾਸਤੇ, ਲੋਕਾਂ ਨੂੰ ਸਹੀ ਗਿਆਨ ਦੇਣ ਦੇ ਵਾਸਤੇ ਸਤਿਗੁਰਾਂ ਨੇ ਉੱਦਮ ਕੀਤਾ ਵੀ ਤੀਰਥਾਂ 'ਤੇ ਜਾ ਕੇ, ਸੰਗਤਾਂ ਬਹੁਤ ਹੁੰਦੀਆਂ ਨੇ, ਉੱਥੇ ਜਾ ਕੇ ਅਸੀਂ ਉਪਦੇਸ਼ ਕਰੀਏ, ਉਹ ਤਾਂ ਉਸ ਵਾਸਤੇ ਗਏ ਨੇ। ਹੁਣ ਇਹ ਭਾਵ ਲੈ ਰਹੇ ਨੇ ਕਿ ਸਾਡੇ ਦਰਸ਼ਨ ਕਰਨ ਵਾਸਤੇ ਆਏ, ਇਹ ਹੁਣ ਆਪਦਾ ਗਲਤ ਪ੍ਰਚਾਰ ਕਰ ਰਹੇ। ਹੁਣ ਜਿਹੜਾ ਵੀ ਹੈਗਾ ਉਹਨੇ ਅੱਜ ਕੱਲ੍ਹ ਆਈ ਗ੍ਰੰਥ ਨੇ, ਈ ਗੁਰਬਾਣੀ ਆ, ਉਹਦੇ ਵਿੱਚ ਉਹਨੇ ਭਰ ਕੇ ਤੀਰਥ ਉੱਦਮ ਸਤਿਗੁਰੂ ਕੀ ਆ, ਲੋਕ ਉਧਰਨ ਅਰਥ, ਉਹਨੇ ਸਾਰੇ ਅਰਥ ਦੇਖ ਲੈਣੇ ਨੇ ਵੀ ਸਤਿਗੁਰੂ ਤੇ ਆਪ ਕਹਿ ਰਹੇ ਨੇ ਵੀ ਮੈਂ ਤਾਂ ਲੋਕਾਂ ਦੇ ਉਧਾਰ ਵਾਸਤੇ ਗਿਆ, ਮੈਂ ਦਰਸ਼ਨ ਕਰਨ ਵਾਸਤੇ ਨਹੀਂ ਗਿਆ ਕਿਸੇ ਵੀ ਥਾਂ 'ਤੇ ਉੱਪਰ। ਹੁਣ ਭਾਈ ਸਾਹਿਬ ਜੀ, ਅਖੀਰਲਾ ਸਵਾਲ, ਇਹ ਜਿਹੜਾ ਸਾਰਾ ਤਾਣਾ ਬਾਣਾ ਹੋ ਰਿਹਾ, ਇਹ ਚੀਜ਼ਾਂ ਹੋ ਰਹੀਆਂ ਨੇ, ਪਰ ਉਹ ਵੀ ਸਨਾਤਨੀ ਵੀਰ ਵੀ ਕਹਿੰਦੇ ਨੇ ਕਿ ਅਸੀਂ ਤਾਂ ਕੋਈ ਕੜੱਤਣ ਨਹੀਂ, ਕੋਈ ਇਹ ਚੀਜ਼ ਨਹੀਂ ਚਾਹੁੰਦੇ, ਪਿਆਰ ਹੀ ਚਾਹੁੰਦੇ ਹਾਂ, ਪਰ ਸਿੱਖ ਵੀ ਚਾਹੁੰਦੇ ਨੇ ਵੀ ਅਸੀਂ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਹਾਂ, ਇਹ ਚੀਜ਼ਾਂ ਨਹੀਂ। ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਕੜੱਤਣ ਨਹੀਂ ਭਰੀ ਜਾਏਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਨੂੰ ਸੁਣ ਕੇ, ਕਿਉਂਕਿ ਬਰਦਾਸ਼ਤ ਨਹੀਂ ਹੁੰਦੀਆਂ ਜਦੋਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ, ਕਿਉਂਕਿ ਇੱਕ ਡਿਬੇਟ ਹੋਈ ਸੀ ਉਸਦੇ ਵਿੱਚ ਵੀ ਇਸਦਾ ਜ਼ਿਕਰ ਹੋਇਆ, ਉਹਨਾਂ ਨੇ ਤਾਂ ਸਿੱਧੇ ਤੌਰ 'ਤੇ ਕਹਿ ਦਿੱਤਾ ਪਾਗਲ ਬੰਦੇ ਦਾ ਕੀ ਅਸੀਂ ਜਵਾਬ। ਨਹੀਂ 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 ਨਹੀਂ, ਉਹ ਕੋਈ ਵੀ ਜਦੋਂ ਬੋਲਦਾ ਨਾ, ਬੋਲਦੇ ਨੂੰ ਆਪਾਂ ਕੋਈ ਤਰਕ ਕਰਦਾ ਤਾਂ ਉਹ ਆਪਦੀ ਉਹਦੇ ਤੋਂ ਸਮਝ ਪਤਾ ਲੱਗਦੀ ਹੈ ਵੀ ਇਹਦਾ ਗਿਆਨ ਕਿੰਨਾ ਕੁ ਹੈ, ਇਹਦੇ ਨਾਲ ਇਹਦੀ ਭਾਵਨਾ ਵੀ ਇਹਨੇ ਕਿੰਨਾ ਕੁ ਅਧਿਐਨ ਕੀਤਾ, ਕਿੰਨਾ ਕੁ ਸੁਣਿਆ ਇਹ, ਜਾਂ ਸਿਰਫ ਉੱਥੋਂ ਤਾਂ ਇਹੀ ਪਤਾ ਲੱਗਦਾ ਵੀ ਜਿਹੜੇ ਬੰਦੇ ਨੇ ਇਹ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮੂਰਤੀ ਹੈ, ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ, ਨਾ ਉਹਨਾਂ ਨੂੰ ਗ੍ਰੰਥਾਂ ਦਾ ਪਤਾ ਨਹੀਂ ਹੈਗਾ, ਪਤਾ ਨਹੀਂ ਹੈਗਾ ਨਾ ਉਹਨਾਂ ਨੇ ਆਪਣਾ ਗ੍ਰੰਥ ਪੜ੍ਹਿਆ ਨਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਆਪਣੇ ਗ੍ਰੰਥਾਂ ਦਾ ਤਾਂ ਨਹੀਂ ਕਹਿ ਸਕਦੇ, ਪਰ ਇਹਨਾਂ ਵੀ ਨਾ ਉਹਨਾਂ ਨੇ ਗੁਰੂ ਕਬੀਰ ਜੀ ਨੂੰ ਸੁਣਿਆ, ਨਾ ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਸੁਣਿਆ, ਨਾ ਗੁਰੂ ਨਾਨਕ ਸਾਹਿਬ ਨੂੰ ਸੁਣਿਆ, ਨਾ ਪੰਜਵੇਂ ਪਾਤਸ਼ਾਹ ਨੂੰ ਸੁਣਿਆ, ਵੀ ਉਹਨਾਂ ਨੇ ਬਾਣੀ ਸੁਣੀ ਨਹੀਂ ਹੈਗੀ, ਵੀ ਇੱਥੋਂ ਬਸ ਇਹ ਪਤਾ ਚੱਲਦਾ ਵੀ ਇਹ ਬੰਦੇ ਨੇ ਸੁਣੀ ਨਹੀਂ ਹੈਗੀ। ਐਵੇਂ ਠੀਕ ਹੈ ਵੀ ਉੱਥੋਂ ਵੀ ਸਾਨੂੰ ਕਈਆਂ ਨੂੰ ਇਹ ਹੈ ਵੀ ਬੜੇ ਗੁੱਸੇ ਦੇ ਵਿੱਚ ਆਉਂਦੇ ਨੇ, ਬੜਾ ਬੁਰਾ ਲੱਗਦਾ, ਪਰ ਜੇ ਤੁਸੀਂ ਆਪ ਗਹਿਰਾਈ ਨਾਲ ਸੁਣੀ ਹੈ ਤਾਂ ਤੁਹਾਨੂੰ ਸਿਰਫ ਇਹੀ ਪਤਾ ਲੱਗੂ ਵੀ ਇਹ ਬੰਦੇ ਨੇ ਸੁਣਿਆ ਨਹੀਂ ਹੈਗਾ, ਇਹਨੂੰ ਪਤਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ। ਲੱਗਦਾ ਕਿ ਧਾਰਮਿਕ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਅਗਰ ਜੇ ਪਤਾ ਨਹੀਂ ਹੈਗਾ, ਸਾਹਮਣੇ ਵਾਲੇ ਨੂੰ ਪਤਾ ਨਹੀਂ ਹੈਗਾ, ਅਸੀਂ ਗੱਲ ਕਰ ਰਹੇ ਹਾਂ ਸਾਨੂੰ ਪਤਾ ਨਹੀਂ ਹੈਗਾ ਕਿ ਇਹਨੂੰ ਧਰਮ ਦੇ ਵਿਸ਼ੇ ਨੂੰ ਡਿਬੇਟ ਦੇ ਵਿੱਚ ਲਿਆਉਣਾ ਚਾਹੀਦਾ ਹੈ, ਸਾਹਮਣੇ ਲੋਕਾਂ ਦੇ ਵਿੱਚ ਰੱਖਣਾ ਚਾਹੀਦਾ, ਉਸ ਨੂੰ ਡਾਇਲੋਗ ਕਰਨਾ ਚਾਹੀਦਾ ਇਸ ਤਰੀਕੇ ਨਾਲ, ਜਾਂ ਫਿਰ ਇੱਕ ਥਾਂ 'ਤੇ ਡਾਇਲੋਗ ਕਰਨਾ ਚਾਹੀਦਾ ਕਿ ਇਸ ਨੂੰ ਇੱਕ ਵਾਰੀ
ਪੜ੍ਹ ਲਿਆ ਜਾਵੇ, ਲਿਖ ਲਿਆ ਜਾਵੇ, ਉਸ ਤੋਂ ਬਾਅਦ ਅੱਗੇ ਰੱਖਿਆ ਜਾਵੇ? ਬਿਲਕੁਲ ਬਿਲਕੁਲ ਸੰਬੰਧੀ ਇਹ ਜੇ ਇਹਦੇ 'ਤੇ ਚਰਚਾ ਹੁੰਦੀ ਹੈ ਤਾਂ ਜਿਹੜੀ ਥਾਂ 'ਤੇ ਚਰਚਾ ਹੋ ਰਹੀ ਹੈ ਉਹਨਾਂ ਨੂੰ ਸਾਰੇ ਪ੍ਰਮਾਣ ਦੇਣੇ ਚਾਹੀਦੇ ਨੇ ਵੀ ਅੱਜ ਕੱਲ੍ਹ ਵੀ ਤੁਸੀਂ ਇਹ ਖੋਲ੍ਹੋ ਆਈ ਗ੍ਰੰਥ ਆਪਦੇ ਫੋਨ ਦੇ ਵਿੱਚ ਪੜ੍ਹੋ ਤੁਸੀਂ ਵੀ ਭਗਤ ਕਬੀਰ ਜੀ ਕੀ ਕਹਿ ਰਹੇ ਨੇ, ਭਗਤ ਕੀ ਕਹਿ ਰਹੇ ਨੇ, ਵੀ ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰੂ ਮਨ ਹੀ ਮਾਹੇ, ਵੀ ਗੁਰੂ ਨੇ ਤਾਂ ਗਿਆਨ ਦਿੱਤਾ ਵੀ ਮੈਂ ਪੂਜਾ ਕਰਨ ਚੱਲੀ ਸੀ ਅਤੇ ਉਹਨਾਂ ਨੇ ਗੁਰੂ ਨੇ ਗਿਆਨ ਦਿੱਤਾ ਵੀ ਤੇਰੇ ਅੰਦਰ ਹੀ ਹੈ, ਵੀ ਤੂੰ ਗੁਰੂ ਗ੍ਰੰਥ ਸਾਹਿਬ ਨੇ ਤਾਂ ਅਸੀਂ ਗੁਰੂ ਨੇ ਗਿਆਨ ਦਿੱਤਾ ਵੀ ਅੰਦਰੋਂ ਲੱਭ, ਵੀ ਸਾਰਾ ਮੂਰਤੀ ਪੂਜਾ ਦਾ ਖੰਡਨ ਹੈ। ਸਿੱਖਿਆਵਾਂ ਦਾ ਹਜੇ ਇਹ ਜ਼ਿਕਰ ਹੈਗਾ ਵਾਰੀ ਵਾਰੀ ਵੀ ਗ੍ਰੰਥ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚੋਂ ਸਿੱਖਿਆ ਲਈ ਜਾ ਸਕਦੀ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਵੀ ਮੂਰਤੀ ਪੂਜਾ ਨੂੰ ਠੀਕ ਹੈ ਜੇ ਕੰਪੈਰੀਜ਼ਨ ਕਰ ਰਿਹਾ ਤਾਂ ਇਹ ਠੀਕ, ਉਹਦੇ ਨਾਲ ਉਹਦੀ ਮਾਨਸਿਕਤਾ ਦਾ ਹੀ ਪਤਾ ਚੱਲਦਾ। ਜੀ ਜੀ, ਬਹੁਤ ਸ਼ੁਕਰੀਆ ਭਾਈ ਸਾਹਿਬ, ਸਾਡੇ ਨਾਲ ਸੀਗੇ ਗਿਆਨੀ ਗੁਰਜੀਤ ਸਿੰਘ ਜੀ ਹੋਰੀ, ਤਾਂ ਇਹਨਾਂ ਦਾ ਜਿਹੜਾ ਪੱਖ ਲੈਣ ਦੇ ਲਈ ਇਹਨਾਂ ਦੇ ਨਾਲ ਇੰਟਰਵਿਊ ਕਰਨ ਲਈ ਪਹੁੰਚੇ ਹੋਏ ਸੀਗੇ ਪਟਿਆਲਾ ਦੇ ਵਿੱਚ, ਖਾਸ ਤੌਰ 'ਤੇ ਕਿ ਕਿਸ ਤਰੀਕੇ ਨਾਲ ਜਿਹੜਾ ਪ੍ਰਚਾਰ ਹੋ ਰਿਹਾ ਉਹਨੂੰ ਦੇਖਿਆ ਕਿਵੇਂ ਜਾਵੇ, ਡਾਇਲੋਗ ਜਿਹੜਾ ਕੀਤਾ ਜਾ ਸਕਦਾ, ਵਿਚਾਰ ਕੀਤਾ ਜਾ ਸਕਦਾ, ਗੁਰਮਤਾ ਕੀਤਾ ਜਾ ਸਕਦਾ, ਪਰ ਉਸਦੇ ਵਿੱਚ ਫੈਕਟ ਜ਼ਰੂਰ ਹੋਣਾ ਚਾਹੀਦਾ। ਜਿਸ ਤਰੀਕੇ ਦਾ ਸਾਰਾ ਸਨੈਰੀਓ ਤਿਆਰ ਕੀਤਾ ਜਾ ਰਿਹਾ, ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਸੀਗੀ, ਇਹ ਇੰਟਰਵਿਊ ਬਹੁਤ ਸੁਣਨ ਅਤੇ ਸਮਝਣ ਦੇ ਵਾਸਤੇ ਹੈ, ਕਿਉਂਕਿ ਬਹੁਤ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਲੋਕ ਦੇਖ ਰਹੇ ਨੇ, ਕਿਵੇਂ ਪ੍ਰਚਾਰ ਕੀਤਾ ਜਾਵੇ, ਕਿਵੇਂ ਪ੍ਰਸਾਰ ਕੀਤਾ ਜਾ ਰਿਹਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ। ਕੈਂਪ ਸਹਿਯੋਗ ਦੇ ਸੀ ਜਗਜੀਤ, ਹਰੀਸ਼, ਧੰਨਵਾਦ।